ਕੋਲ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਹਨਾਂ ਗੱਲਾਂ ਦੇ ਨਾਲ ਨਾਲ ਮੈਂ ਸਾਰਿਆਂ ਦੀ ਗੱਲ ਨਹੀਂ ਕਰਨ ਲੱਗੀ, ਪਰ ਇਹ ਜੋ ਗੱਲਾਂ ਵੀਰੇ ਨੇ ਲਿਖੀਆਂ ਨੇ ਇਸ ਬੱਚੇ ਨੇ ਉਹ ਸੱਚ ਹੈ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਬਾਪੂ ਕੁੜਤੇ ਪਰਾਣੀ ਨੂੰ ਜੀ ਲਾਈ ਫਿਰੇ ਡਾਕੀਆਂ, ਮੁੰਡਾ ਗੁੱਚੀ ਰਮਾਨੀ ਬਿਨਾ ਗੱਲ ਨਾ ਕਰੇ, ਬੇਬੇ ਆਖਦੀ ਆ ਰਹਿੰਦੀ ਚਿੱਤ ਠੀਕ ਨਹੀਂ ਆ ਮੇਰਾ, ਪੁੱਤ ਤਨ ਕਦੇ ਉਹਦੀ ਗੱਲ ਵੱਲ ਨਾ ਕਰੇ, ਮੁੰਡਾ ਬੁਲਟ ਦੀ ਟੈਂਕੀ ਫਿਰੇ ਫੁੱਲ ਕਰਵਾਈ, ਤੇਲ ਬਾਪੂ ਤੇਲ ਹਾਂਡੇ ਵਿੱਚ ਬਾਪੂ ਤੋਂ ਪਵਾਇਆ ਨਹੀਂ ਗਿਆ। ਅਗਲੀ ਗੱਲ ਸੁਣਿਓ, ਮੁੰਡਾ ਚੌਕਲੇਟਾਂ ਲੈਂਦਾ ਫਿਰੇ ਸਹੇਲੀ ਵਾਸਤੇ, ਜਿੱਦੋਂ ਬੇਬੇ ਦੀ ਦਵਾਈ ਲੈਣ ਜਾਇਆ ਨਹੀਂ ਗਿਆ, ਮੁੰਡਾ ਚੌਕਲੇਟਾਂ ਲੈਂਦਾ ਫਿਰੇ ਸਹੇਲੀ ਵਾਸਤੇ, ਜਿੱਦੋਂ ਬੇਬੇ ਦੀ ਦਵਾਈ ਲੈਣ ਜਾਇਆ ਨਹੀਂ ਗਿਆ। ਅਗਲੀ ਗੱਲ ਸੁਣਿਓ, ਦੁੱਖ ਦੇ ਹੱਥ ਹੱਥ ਸਹੇਲੀ ਦੀਆਂ ਵਾਲਾਂ ਚ ਕਮਾਉਂਦਾ ਫਿਰਦਾ, ਘਰੇ ਸੌਦਾ ਪਤਾ ਹੈ ਨੀ ਬੈਠੇ ਝਾਕਦੇ ਆ ਮਾਪੇ, ਘਰੇ ਸੌਦਾ ਪਤਾ ਹੈ ਨੀ ਬੈਠੇ ਝਾਕਦੇ ਆ ਮਾਪੇ, ਮੁੰਡਾ ਸਹੇਲੀ ਨੂੰ ਜੀ ਸ਼ੋਪਿੰਗ ਕਰਾਉਂਦਾ ਫਿਰਦਾ। ਕਿੱਡੀ ਵੱਡੀ ਗੱਲ ਲਿਖੀ ਹੈ, ਕਹਿੰਦੇ ਘਰ ਦੀਆਂ ਕੰਮਾਂ ਵਾਰੀ ਦੁੱਖ ਦੇ ਹੱਥ ਹੱਥ ਸਹੇਲੀ ਦੀਆਂ ਵਾਲਾਂ ਚ ਘਮਾਉਂਦਾ ਫਿਰਦਾ, ਸੌਦਾ ਪਤਾ ਹੈ ਨੀ ਬੈਠੇ ਝਾਕਦੇ ਆ ਮਾਪੇ, ਤੇ ਮੁੰਡਾ ਸਹੇਲੀ ਨੂੰ ਜੀ ਸ਼ੋਪਿੰਗਾਂ ਕਰਾਉਂਦਾ ਫਿਰਦਾ। ਬਾਪੂ ਨੇ ਤਾਂ ਸੋਟੀ ਕਦੇ ਕੁੱਤੇ ਦੇ ਨੀ ਮਾਰੀ, ਨਾਮ ਪੁੱਤ ਦਾ ਜੀ ਥਾਣਿਆਂ ਚ ਆਇਆ ਹੀ ਪਿਆ, ਮੁੰਡਾ ਚੌਕਲੇਟਾਂ ਲੈਂਦਾ ਫਿਰੇ ਸਹੇਲੀ ਵਾਸਤੇ, ਜਦੋਂ ਬੇਬੇ ਦੀ ਦਵਾਈ ਲੈਣ ਜਾਇਆ ਨਹੀਂ ਗਿਆ। ਅਗਲੀ ਗੱਲ ਵੇਖੋ, ਇਹ ਮੁੰਡੇ ਬਾਰੇ ਲਿਖੀ ਸੀ, ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਵੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ, ਪਲੀਜ਼ ਗੁੱਸਾ ਨਹੀਂ ਕਿਸੇ ਨੇ ਵੀ ਕਰਨਾ, ਪਰ ਬਹੁਤ ਸਾਰੇ ਸ਼ਹਿਰਾਂ 'ਚ ਬਹੁਤ ਸਾਰੇ ਪਿੰਡਾਂ 'ਚ ਬਹੁਤ ਸਾਰੇ ਘਰਾਂ 'ਚ ਇਹ ਹੋ ਰਿਹਾ ਜੋ ਲਿਖਿਆ ਇਸ ਬੱਚੇ ਨੇ। ਅੱਗੇ ਲਿਖਿਆ ਵੀਰੇ ਨੇ, ਤਵੇ ਉੱਤੇ ਪਈ ਮੱਚ ਜਾਵੇ ਰੋਟੀ, ਕੁੜੀ ਹੱਥ ਵਿੱਚੋਂ ਥੱਲੇ ਨੀ ਮੋਬਾਈਲ ਰੱਖਦੀ। ਧਿਆਨ ਨਾਲ ਸੁਣਿਓ ਗੱਲ, ਭਾਵੇਂ ਤਵੇ ਉੱਤੇ ਪਈ ਹਾਏ ਮੱਚ ਜਾਵੇ ਰੋਟੀ, ਕੁੜੀ ਹੱਥ ਵਿੱਚੋਂ ਥੱਲੇ ਨੀ ਮੋਬਾਈਲ ਰੱਖਦੀ, ਉਹ ਵੇਲਿਆਂ ਨੂੰ ਤੁਸੀਂ ਭਾਲਦੇ ਹੋ ਕਿੱਥੋਂ, ਜਦੋਂ ਮੰਨਦੀ ਹੁੰਦੀ ਸੀ ਕੁੜੀ ਘੂਰ ਆਖਦੀ, ਚੁੰਨੀ ਸਿਰ ਉੱਤੋਂ ਲਾ ਕੇ ਚੁੰਨੀ ਘਰ ਵਿੱਚ ਪਾ ਕੇ, ਪਤਾ ਨਹੀਂ ਜੀ ਕਿਹੜੀਆਂ ਫੀਲਾਂ 'ਚ ਰਹੇ, ਘਰ ਦੇ ਕੰਮਾਂ ਵਿੱਚ ਲੱਗੇ ਕਿਵੇਂ ਚਿੱਤ, ਜਦੋਂ ਕੁੜੀ ਦਾ ਧਿਆਨ ਪਾਈ ਰੀਲਾਂ 'ਚ ਰਵੇ, ਘਰ ਦੇ ਕੰਮਾਂ ਵਿੱਚ ਲੱਗੂ ਕਿਵੇਂ ਚਿੱਤ, ਜਦੋਂ ਕੁੜੀ ਦਾ ਧਿਆਨ ਪਾਈ ਰੀਲਾਂ 'ਚ ਰਵੇ। ਬਹੁਤ ਵਧੀਆ ਇਸ ਬੱਚੇ ਨੇ, ਤਾੜੀ ਮਾਰ ਦਿਓ ਪਲੀਜ਼ ਉਹਦੇ ਨਾਮ 'ਤੇ।